ਸਿੱਠਣੀਆਂ ਜਿੱਦਾਂ ਵਿਆਹਾਂ ਦੇ ਵਿੱਚ ਨਾਨਕੇ ਦਾਦਕੇ ਸਿੱਠਣੀਆਂ ਦਿੰਦੇ ਆ, ਭਾਈ ਰਣਜੀਤ ਸਿੰਘ ਨੇ ਉਸ ਤਰ੍ਹਾਂ ਸਿੱਠਣੀਆਂ ਜਿਹੜੀਆਂ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਕਰਕੇ ਕਿ ਅਸੀਂ ਕਿਹੜੀ ਗੱਲੋਂ ਕਾਣੇ ਜਥੇਦਾਰ ਜੀ। ਵਰਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਉਸ ਮਰਿਆਦਾ ਦੇ ਵਿੱਚ ਲਿਖਿਆ ਹੋਇਆ। ਅਤੇ ਭਾਈ ਰਣਜੀਤ ਸਿੰਘ ਉਹਦੇ ਉਲਟ ਕਹਿੰਦਾ ਕਿ ਨੀਂਦ ਪੂਰੀ ਕਰਨੀ ਚਾਹੀਦੀ ਹੈ। ਰਣਜੀਤ ਸਿੰਘ ਨੇ ਕਿਹਾ ਕਿ ਦਾਦੂਵਾਲ ਦੇ ਵਿਆਹ ਦੇ ਉੱਤੇ ਵਿਆਸਾ ਵਾਲਾ ਆਇਆ, ਵਿਆਹ ਦੇ ਤਾਂ ਤੈਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀਗਾ, ਤੂੰ ਵਿਆਹ ਤੇ ਨਹੀਂ ਆਇਆ। ਪਤਨੀ ਆ ਮੇਰੀ ਸਿੰਘਣੀ ਆ, ਉਹਨੂੰ ਆਪਣੀ ਭੈਣ ਕਹਿੰਦਾ ਸੀਗਾ, ਔਰ ਉਹਦੇ ਵਾਸਤੇ ਤੂੰ ਰੁਦਰਾਕਸ਼ ਦੀ ਮਾਲਾ ਵੀ ਭੇਜੀ ਸੀਗੀ। ਤੂੰ ਆਪਣੀ ਆਜ਼ਾਦੀ ਵੀ ਖਰਾਬ ਕਰ ਲਈ ਆ, ਨੇਕੀ ਵਰਗੇ ਬੰਦਿਆਂ ਦੇ ਪਿੱਛੇ ਲੱਗ ਪਏ। ਕੱਲ੍ਹ ਸਾਡੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ, ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਤੋਂ ਅਸਤੀਫਾ ਦਿਆਂਗਾ, ਅਤੇ ਤੂੰ ਆ ਜਿਹੜੀਆਂ ਸਾਰੀਆਂ ਗੱਲਾਂ ਛੱਡ ਕੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾ। ਪਰ ਪੰਥ ਪ੍ਰੀਤ ਹੁੰਦਾ ਮਾਝੀ ਉਹਨਾਂ ਦੇ ਗੁਣ ਗਾਉਂਦਾ ਹੁੰਦਾ ਸੀ, ਅੱਜ ਉਹਨਾਂ ਨੂੰ ਸੌ ਸੌ ਮਨ ਦੀਆਂ ਗਾਲਾਂ ਕੱਢਦਾ ਵਾ, ਅੱਜ ਤੇਰੀ ਤਰੀਫ਼ ਕਰਦਾ, ਕੱਲ੍ਹ ਨੂੰ ਉਹਨੇ ਤੈਨੂੰ ਵੀ ਗਾਲਾਂ ਕੱਢਣੀਆਂ ਨੇ। ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੇ ਤਕਰੀਬਨ 7 ਤਰੀਕ ਸ਼ਾਮ ਜੋ ਪਰਮੇਸ਼ਰ ਦੁਆਰ ਡੇਰੇ ਦੇ ਵਿੱਚ ਭਾਈ ਰਣਜੀਤ ਸਿੰਘ ਨੇ ਦੀਵਾਨ ਸਜਾਇਆ ਉਹ ਸਰਵਣ ਕੀਤਾ ਹੋਊ, ਅਤੇ ਉਹਦੇ ਵਿੱਚ ਕੁਝ ਗੱਲਾਂ ਜੋ ਮੇਰਾ ਨਾਂ ਲੈ ਕੇ ਕੀਤੀਆਂ ਗਈਆਂ, ਮੈਂ ਉਹਦੇ ਸੰਬੰਧ ਦੇ ਵਿੱਚ ਕੁਝ ਸੰਗਤਾਂ ਦੇ ਨਾਲ ਅਤੇ ਕੁਝ ਭਾਈ ਰਣਜੀਤ ਸਿੰਘ ਦੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ, ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰੂੰ ਦੁਨੀਆਂ ਭਰ 'ਚ ਵੱਸਦੀਆਂ ਨੂੰ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਨਾਂ 'ਤੇ ਭਾਈ ਰਣਜੀਤ ਸਿੰਘ ਵੱਲੋਂ ਸੰਗਤਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇੰਨ ਬਿੰਨ ਮੰਨਦਾ। ਹੁਣ ਮੈਂ ਪੁੱਛਣਾ ਚਾਹੁੰਦਾ ਕਿ ਜੋ 7 ਤਰੀਕ ਦਾ ਦੀਵਾਨ ਲੱਗਿਆ ਉਹਦੇ ਵਿੱਚ ਜਿਹੜੀਆਂ ਕਵਿਤਾ ਗਾਈਆਂ ਗਈਆਂ, ਸਿੱਠਣੀਆਂ ਜਿੱਦਾਂ ਵਿਆਹਾਂ ਦੇ ਵਿੱਚ ਨਾਨਕੇ ਦਾਦਕੇ ਸਿੱਠਣੀਆਂ ਦਿੰਦੇ ਆ, ਭਾਈ ਰਣਜੀਤ ਸਿੰਘ ਨੇ ਉਸ ਤਰ੍ਹਾਂ ਸਿੱਠਣੀਆਂ ਜਿਹੜੀਆਂ ਸੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਸੰਬੋਧਨ ਕਰਕੇ ਕਿ ਅਸੀਂ ਕਿਹੜੀ ਗੱਲੋਂ ਕਾਣੇ ਜਥੇਦਾਰ ਜੀ, ਤੁਸੀਂ ਸਿਆਣੇ ਜਥੇਦਾਰ ਜੀ, ਇਸ ਤਰ੍ਹਾਂ ਇਹ ਕਿਹੜੀ ਮਰਿਆਦਾ ਦੇ ਵਿੱਚ ਆਉਂਦੀਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਮਰਿਆਦਾ SGPC ਵੱਲੋਂ ਛਾਪ ਕੇ ਵੰਡੀ ਜਾਂਦੀ ਉਹਦੇ ਵਿੱਚ ਤਾਂ ਇਹਦਾ ਕਿਤੇ ਜ਼ਿਕਰ ਨਹੀਂ ਆ। ਜੇ ਇੰਨ ਬਿੰਨ ਮਰਿਆਦਾ ਨੂੰ ਭਾਈ ਰਣਜੀਤ ਸਿੰਘ ਮੰਨਦਾ ਤਾਂ ਫਿਰ ਉਹਦੇ 'ਚ ਅੰਮ੍ਰਿਤ ਸੰਚਾਰ ਦੇ ਸਿਰਲੇਖ ਵਿੱਚ ਲਿਖਿਆ ਹੋਇਆ ਕਿ 5 ਪਿਆਰਿਆਂ ਦੇ ਵਿੱਚ ਸਿੰਘਣੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਫਿਰ ਮੈਨੂੰ ਭਾਈ ਰਣਜੀਤ ਸਿੰਘ ਦੱਸੇ ਕਿ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇੰਨ ਬਿੰਨ ਮੰਨਦਾ ਕਿ ਉਹ ਪ੍ਰਚਲਿਤ ਮਰਿਆਦਾ ਜਿਹੜੀ ਹੈ ਕਿ ਉਹਨੂੰ ਉਹ ਪ੍ਰਵਾਨ ਕਰਕੇ ਮੰਨਦਾ, ਤਾਂ ਫਿਰ ਅੱਜ ਤੱਕ ਜਿੰਨੇ ਅੰਮ੍ਰਿਤ ਸੰਚਾਰ ਕੀਤੇ ਆ ਭਾਈ ਰਣਜੀਤ ਸਿੰਘ ਨੇ, ਫਿਰ ਕਿੱਥੇ ਸਿੰਘਣੀਆਂ ਨੂੰ ਲਾਇਆ ਗਿਆ, ਬੀਬੀਆਂ ਨੂੰ ਕਿੱਥੇ 5 ਪਿਆਰਿਆਂ 'ਚ ਸ਼ਾਮਿਲ ਕੀਤਾ ਭਾਈ ਰਣਜੀਤ ਸਿੰਘ ਦੱਸੇ। ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਉਸ ਮਰਿਆਦਾ ਦੇ ਵਿੱਚ ਲਿਖਿਆ ਹੋਇਆ, ਅਤੇ ਭਾਈ ਰਣਜੀਤ ਸਿੰਘ ਉਹਦੇ ਉਲਟ ਕਹਿੰਦਾ ਕਿ ਨੀਂਦ ਪੂਰੀ ਕਰਨੀ ਚਾਹੀਦੀ ਹੈ, ਬੈਟਰੀ ਦੇ ਸੈੱਲ ਜਿਹੜੇ ਆ ਚਾਰਜ, ਬੈਟਰੀ ਚਾਰਜ ਕਰਨੀ ਚਾਹੀਦੀ, ਸੈੱਲ ਚਾਰਜ ਕਰਨੇ ਚਾਹੀਦੇ। ਅੰਮ੍ਰਿਤ ਵੇਲਾ 'ਤੇ ਭਾਈ ਰਣਜੀਤ ਸਿੰਘ ਉਸ ਮਰਿਆਦਾ ਅਨੁਸਾਰ ਖੰਡਨ ਕਰਦਾ।
ਹੁਣ ਭਾਈ ਰਣਜੀਤ ਸਿੰਘ ਇਸ ਗੱਲ ਦਾ ਜਵਾਬ ਦੇਵੇ ਤੇ ਸੰਗਤਾਂ ਵੀ ਇਸ ਗੱਲ ਦਾ ਵਿਚਾਰ ਕਰਨ ਜਿਨ੍ਹਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਜਾਂਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਨਾਂ ਤੇ। ਭਾਈ ਰਣਜੀਤ ਸਿੰਘ ਵੱਲੋਂ ਪੜ੍ਹੀਆਂ ਜਾਂਦੀਆਂ ਧਾਰਨਾ ਆ ਸਿੱਠਣੀਆਂ ਕਵਿਤਾਵਾਂ ਕਿ ਉਸ ਮਰਿਆਦਾ ਦੇ ਵਿੱਚ ਤਾਂ ਕਿਤੇ ਇਸ ਵਾਸਤੇ ਥਾਂ ਨਹੀਂ ਆ। ਦੂਸਰਾ, ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦਾਦੂਵਾਲ ਦੇ ਵਿਆਹ ਦੇ ਉੱਤੇ ਵਿਆਸਾ ਵਾਲਾ ਆਇਆ, ਬਾਬਾ ਵਿਆਸਾ ਵਾਲਾ ਆਇਆ, ਉਹਨਾਂ ਨਾਲ ਉਹਨਾਂ ਦੇ ਵੱਡਿਆਂ ਨਾਲ ਯਾਰੀਆਂ ਨੇ। ਭਾਈ ਰਣਜੀਤ ਸਿੰਘ ਤੂੰ ਆਪਣੇ ਆਪ ਨੂੰ ਅਪਗ੍ਰੇਡ ਜਾਗਰੂਕ ਪ੍ਰਚਾਰਕ ਕਹਾਉਣਾ ਤੇ ਤੂੰ ਤੇ ਵਿਅਕਤੀ ਨੂੰ ਵੱਡਾ ਸਮਝ ਰਿਹਾ ਸੀ ਤਾਂ ਸਭ ਤੇ ਵੱਡਾ ਸਤਿਗੁਰੂ ਨਾਨਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੱਡਾ ਸਮਝਦੇ ਹਾਂ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਤੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਡੇਰਾ ਮੁਖੀ ਬਿਆਸ ਸਾਡੇ ਨਾਲ ਪੰਥਕ ਜਥੇਬੰਦੀਆਂ ਨਾਲ ਆਏ ਤੇ ਉਹਨਾਂ ਨੂੰ ਵੀ ਪੱਤਰਕਾਰਾਂ ਜਦੋਂ ਸਵਾਲ ਕੀਤਾ ਤੇ ਉਹਨਾਂ ਵੀ ਕਿਹਾ ਸੀ ਕਿ ਸਭ ਤੇ ਵੱਡਾ ਸਤਿਗੁਰੂ ਨਾਨਕ ਤੇ ਵੱਡਾ ਤੇ ਸਤਿਗੁਰੂ ਨਾਨਕ ਆ, ਮੈਂ ਤੇ ਇੱਕ ਸੰਸਥਾ ਦਾ ਮੁਖੀ ਹਾਂ। ਤੇ ਭਾਈ ਰਣਜੀਤ ਸਿੰਘ ਡੇਰਾ ਬਿਆਸ ਵਾਲਿਆਂ ਨੂੰ ਵੱਡਾ ਕਹਿ ਰਿਹਾ ਵਾ ਕਿ ਉਹ ਵੱਡਿਆਂ ਦੇ ਨਾਲ ਜਾ ਰਹੀਆਂ, ਇਹਦੇ ਬਾਰੇ ਵੀ ਭਾਈ ਰਣਜੀਤ ਸਿੰਘ ਨੂੰ ਸਪਸ਼ਟ ਕਰਨਾ ਚਾਹੀਦਾ। ਮੈਂ ਇਹ ਵੀ ਦੱਸਣਾ ਚਾਹੁੰਦਾ ਭਾਈ ਰਣਜੀਤ ਸਿੰਘ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ, ਜਿਹੜਾ ਪੰਥ ਵਿੱਚ ਮਸਲਾ ਖੜਾ ਹੋਇਆ ਸੀ ਕਿ ਡੇਰਾ ਬਿਆਸ 'ਚ ਗੁਰਦੁਆਰਾ ਸਾਹਿਬ ਢਾਇਆ ਗਿਆ ਸੀ ਉਹ ਬਣਵਾਇਆ, 1-14 ਮਰਲੇ ਜਗ੍ਹਾ ਦਾ ਜਿਹੜਾ ਰੌਲਾ ਪਿਆ ਸੀ ਗੁਰਦੁਆਰਾ ਸਾਹਿਬ ਦੀ ਤਾਂ ਉੱਥੇ ਅੱਜ 2-2.5 ਕਿੱਲਿਆਂ 'ਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਜਿੰਨੇ ਡੇਰਾ ਬਿਆਸ ਸ਼ਰਧਾਲੂ ਉਹਨਾਂ ਦੇ ਜਾਂਦੇ ਆ ਉਹ ਮੱਥਾ ਟੇਕਦੇ ਆ ਗੁਰਦੁਆਰਾ ਸਾਹਿਬ, 2 ਵਾਰੀ ਉਹਨਾਂ ਨੂੰ ਮੱਥਾ ਦੇਣ ਦੇ ਵਿੱਚ ਲਾਈਨ ਲੱਗ ਕੇ ਮੱਥਾ ਟਿਕਾਇਆ ਜਾਂਦਾ, ਹਜ਼ਾਰਾਂ ਮੱਥਾ ਟੇਕਦੇ ਆ ਗੁਰੂ ਸਾਹਿਬ ਦੇ ਅੱਗੇ। ਉਹਨਾਂ ਦੇ ਆਨੰਦ ਕਾਰਜ ਕੋਈ 15-20 ਹਜ਼ਾਰ ਬੰਦਾ ਉਹਨਾਂ ਦੇ ਡੇਰੇ 'ਚ ਰਹਿੰਦਾ ਅਤੇ ਉਹਨਾਂ ਦੇ ਜਦੋਂ ਆਨੰਦ ਕਾਰਜ ਆ ਉਹ ਵੀ ਗੁਰਦੁਆਰਾ ਸਾਹਿਬ 'ਚ ਹੁੰਦੇ ਆ ਅਤੇ ਉੱਥੇ 2 ਅੰਮ੍ਰਿਤਧਾਰੀ ਤਿਆਰ ਬਰਤਿਆਰ ਗ੍ਰੰਥੀ ਸਿੰਘ ਰਹਿੰਦੇ ਆ ਉੱਥੇ ਗੁਰਦੁਆਰਾ ਸਾਹਿਬ। ਕਦੇ ਕਿਸੇ ਨੂੰ ਭੇਜ ਕੇ ਦਰਸ਼ਨ ਕਰਵਾ ਸਕਦਾ, ਆਪ ਕਰ ਸਕਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ, ਕਿ ਗੁਰਦੁਆਰਾ ਸਾਹਿਬ ਅਸੀਂ ਤਾਂ ਬਣਵਾਇਆ, ਬਾਕੀ ਵਿਆਹ ਦੇ ਤਾਂ ਤੈਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀਗਾ, ਤੂੰ ਵਿਆਹ 'ਤੇ ਨਹੀਂ ਆਇਆ, ਜਦੋਂ ਕਿ ਤੂੰ ਮੇਰੀ ਅੱਜ ਜੋ ਧਰਮ ਸੁਪਤਨੀ ਆ ਮੇਰੀ ਸਿੰਘਣੀ ਆ ਉਹਨੂੰ ਆਪਣੀ ਭੈਣ ਕਹਿੰਦਾ ਸੀਗਾ ਔਰ ਉਹਦੇ ਵਾਸਤੇ ਤੂੰ ਰੁਦਰਾਕਸ਼ ਦੀ ਮਾਲਾ ਵੀ ਭੇਜੀ ਸੀਗੀ, ਤੈਨੂੰ ਆਪ ਯਾਦ ਹੋਣਾ ਤਾਂ ਕਿਹਾ ਵੀ ਸੀ, ਮੈਨੂੰ ਕਿਹਾ ਮੇਰੀ ਲੜਾਕੀ ਭੈਣ ਨੂੰ ਰੁਦਰਾਕਸ਼ ਦੀ ਮਾਲਾ ਜਿਹੜੀ ਆ ਤੁਸੀਂ ਦੇ ਦਿਓ। ਜਦੋਂ ਤੂੰ ਰੁਦਰਾਕਸ਼ ਦੀਆਂ ਮਾਲਾ ਬੜੀਆਂ ਪਾਉਂਦਾ ਹੁੰਦਾ ਸੀ ਅਤੇ ਟੈਚੀਆਂ ਭਰ ਕੇ ਹਰਿਦੁਆਰ ਤੋਂ ਲੈ ਕੇ ਆਉਂਦਾ ਹੁੰਦਾ ਸੀਗਾ, ਤੈਨੂੰ ਯਾਦ ਕਰਨਾ ਚਾਹੀਦਾ, ਤੂੰ ਆਪਣੀ ਭੈਣ ਦੇ ਆਨੰਦ ਕਾਰਜ 'ਤੇ ਨਹੀਂ ਆਇਆ, ਉਹ ਹੁਣ ਤੇਰੀ ਮਰਜ਼ੀ ਆ, ਤੇਰੇ ਮਨ 'ਚ ਕੀ ਤੂੰ ਦੱਸ ਸਕਦਾ। ਫਿਰ ਤੂੰ ਕਿਹਾ ਬਰਗਾੜੀ ਤੋਂ ਵਿਹਲੇ ਹੋ ਗਏ ਮੇਰੇ ਵੱਲ ਆ ਗਏ, ਬਰਗਾੜੀ ਦਾ ਤੂੰ ਜ਼ਿਕਰ ਕਰਦਾ, ਮੈਂ ਦੱਸਣਾ ਚਾਹੁੰਦਾ ਕਿ ਬਰਗਾੜੀ ਤੁਸੀਂ 2 ਮਰਵਾ ਕੇ ਆਏ ਸੀਗੇ, ਅਸੀਂ ਉੱਥੇ ਕੁਝ ਇਨਸਾਫ ਦਵਾਇਆ ਪਰਿਵਾਰਾਂ ਨੂੰ ਵੀ, ਸ਼ਹੀਦ ਸਿੰਘਾਂ ਨੂੰ ਵੀ, ਕਿ ਉਹਨਾਂ ਦੇ ਜਿਹੜੇ ਦੋਸ਼ੀ ਜਿਨ੍ਹਾਂ ਗੋਲੀਆਂ ਮਾਰੀਆਂ ਉਹਨਾਂ 'ਤੇ 22 ਨਿਯਮ ਮੁਕੱਦਮਾ ਦਰਜ ਹੋਇਆ, ਉਹਨਾਂ ਸ਼ਹੀਦਾਂ ਦੇ ਤੁਸੀਂ ਭਗੌੜੇ ਆ, ਬਰਗਾੜੀ ਕੋਟਕਪੂਰਾ ਬਹਿਬਲ ਦੇ ਤੁਸੀਂ ਭਗੌੜੇ ਆ, ਅਸੀਂ ਤਾਂ ਕੁਝ ਉੱਥੇ ਬੈਠ ਕੇ ਇਨਸਾਫ ਵੀ ਦਵਾਇਆ, ਬਾਕੀ ਅੱਜ ਵੀ ਜੇ ਅਧੂਰਾ ਇਨਸਾਫ ਹੋਇਆ ਪੂਰਾ ਨਹੀਂ ਆ ਤੇ ਅੱਜ ਵੀ ਬਰਗਾੜੀ ਦੇ ਇਨਸਾਫ ਵਾਸਤੇ ਤੂੰ ਕਹਿੰਦਾ ਮੈਨੂੰ 10-20 ਹਜ਼ਾਰ ਸੁਣਦੇ ਆ, ਉਹਨਾਂ ਨੂੰ ਲੈ ਕੇ ਬੈਠ ਬਰਗਾੜੀ ਦੇ ਇਨਸਾਫ ਲਈ, ਬੰਦੀ ਸਿੰਘਾਂ ਦੀਆਂ ਰਿਹਾਈਆਂ ਨਹੀਂ ਹੋਈਆਂ, ਤੇਰੇ ਵੀ ਤਾਂ ਉਨਾ ਹੀ ਆ, ਤੂੰ ਕਹਿੰਦਾ ਮੈਂ ਪੰਥ ਦਾ ਵੱਡਾ ਖੈਰ ਖਵਾ ਵਾਂ, ਫਿਰ ਉਹਨਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਵਾਸਤੇ ਜਥੇਦਾਰ ਵਾਰਾ ਸਾਹਿਬ, ਭਾਈ ਰਾਜੂਵਾਣਾ, ਭਾਈ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ, ਸਾਰੇ ਸਿੰਘ ਬੰਦੀ ਨੇ, ਉਹਨਾਂ ਦੀਆਂ ਰਿਹਾਈਆਂ ਵਾਸਤੇ, ਭਾਈ ਦਇਆ ਸਿੰਘ ਲਾਹੌਰੀਆ ਤੂੰ ਰਿਹਾਈਆਂ ਵਾਸਤੇ ਬੈਠ, ਜਿਹੜੇ ਤੈਨੂੰ ਸੁਣਨ ਵਾਲੇ, ਕਿ ਤੂੰ ਪੰਥ 'ਚ ਵਿਵਾਦ ਪਾਉਣ ਵਾਸਤੇ ਹੀ ਆਪਣੇ ਜਿਹੜੇ ਤੈਨੂੰ ਸੁਣਨ ਵਾਲੇ ਉਹਨਾਂ ਨੂੰ ਵਰਤਣਾ ਚਾਹੁੰਦਾ। ਭਾਈ ਰਣਜੀਤ ਸਿੰਘ ਸਾਰਾ ਇਹ ਇਨਸਾਫ ਦੀ ਗੱਲ ਜਿਹੜੀ ਆ ਉਹ ਤੇਰਾ ਵੀ ਉਨਾ ਹੀ ਹੱਕ ਬਣਦਾ ਜੇ ਤੂੰ ਆਪਣੇ ਆਪ ਨੂੰ ਪੰਥ ਦਾ ਜਿਹੜਾ ਹੈਗਾ ਉਹ ਪ੍ਰਚਾਰਕ ਕਹਾਉਂਦਾ। ਤੀਸਰੀ ਗੱਲ, ਤੂੰ ਕਿਹਾ ਕਿ ਮੈਨੂੰ ਕਹਿੰਦਾ ਵਾ ਦਾਦੂ ਵਾਲ ਕੇ ਪੰਥ 'ਚ ਦੁਬਧਾ ਨਾ ਪਾ, ਬਖੇੜਾ ਖੜਾ ਨਾ ਕਰ।
ਤੇ ਜਦੋਂ ਸਰਬੱਤ ਖਾਲਸਾ ਹੋਇਆ ਇਹ ਖੁਦ ਜਥੇਦਾਰ ਬਣੇ ਸੀ ਉਦੋਂ ਪੰਥ 'ਚ ਦੁਬਧਾ ਨਹੀਂ ਪਈ। ਮੈਂ ਤੈਨੂੰ ਕਹਿਣਾ ਚਾਹੁੰਦਾ ਸੀ ਪੰਥ ਦੀ ਸੇਵਾ ਪੰਥ ਲਈ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਕੰਮ ਕੀਤਾ, ਕਦੇ ਜੇਲ੍ਹਾਂ ਮੁਕੱਦਮਿਆਂ ਦੀ ਪਰਵਾਹ ਵੀ ਨਹੀਂ ਕੀਤੀ। ਸਰਕਾਰਾਂ ਭਾਵੇਂ ਕਾਂਗਰਸ ਦੀਆਂ ਹੋਣ ਅਤੇ ਭਾਵੇਂ ਬਾਦਲ ਦਲ ਦੀਆਂ, ਅਸੀਂ ਕਦੇ ਜੇਲ੍ਹਾਂ ਮੁਕੱਦਮਿਆਂ ਦੀ ਪਰਵਾਹ ਨਹੀਂ ਕੀਤੀ। ਅਤੇ ਸਰਸੇ ਵਾਲਾ 'ਚ ਤੈਨੂੰ ਵੀ ਪਤਾ ਕਿ ਸੁਨਾਰੀਆ ਜੇਲ੍ਹ ਦੇ ਜਿਹਦੇ ਨਾਲ 20 ਸਾਲ ਅਸੀਂ ਲੜਾਈ ਲੜੀ, ਅਤੇ ਤੂੰ ਖੁਦ ਸਟੇਜਾਂ 'ਤੇ ਕਹਿੰਦਾ ਹੁੰਦਾ ਸੀਗਾ ਕਿ ਸਰਸੇ ਵਾਲੇ ਨਾਲ ਇਹਨਾਂ ਨੇ ਡਾਂਗ ਖਿੱਚ ਕੇ ਲੜਾਈ ਲੜੀ ਆ। ਅਸੀਂ ਪੰਥ ਦੀ ਸੇਵਾ ਵਿੱਚ ਦਿਨ ਰਾਤ ਸਮਰਪਿਤ ਰਹੇ ਹਾਂ, ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ। ਅੱਜ ਵੀ ਜੇ ਤੈਨੂੰ ਲੱਗਦਾ ਕਿ ਮੇਰੀ ਜਥੇਦਾਰੀ ਦੇ ਨਾਲ ਦੁਬਧਾ ਪੈਦਾ ਹੋਈ ਹੈ ਤਾਂ ਚੱਲ ਮੇਰੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣਾ ਅਸਤੀਫਾ ਰੱਖ ਦਿਆਂਗਾ ਜਥੇਦਾਰੀ ਤੋਂ, ਅਤੇ ਤੂੰ ਆਹ ਜਿਹੜੀਆਂ ਗੱਲਾਂ ਜਿਹੜੀਆਂ ਕਰਦਾ ਇਹਨਾਂ ਦੀ ਉੱਥੇ ਬੈਠ ਕੇ ਵਿਚਾਰ ਦਲੀਲ ਦੇ ਕਿ ਤੂੰ ਇਹ ਜਿਹੜੀਆਂ ਗੱਲਾਂ ਕਰਦਾ ਇਹਨਾਂ ਦਾ ਸਰੋਤ ਕੀ ਆ, ਅਤੇ ਤੂੰ ਇਹ ਸਾਰਾ ਕੁਝ ਛੱਡ ਅਤੇ ਪ੍ਰਚਾਰ ਵਾਲੇ ਪਾਸੇ ਆ। ਮੈਂ ਭਾਈ ਰਣਜੀਤ ਸਿੰਘ ਤੈਨੂੰ ਕਹਿਣਾ ਚਾਹੁੰਦਾ ਕਿ ਨੇਕੀ ਵਰਗੇ ਬੰਦਿਆਂ ਦੇ ਪਿੱਛੇ ਲੱਗ ਕੇ ਤੂੰ ਆਪਣੀ ਆਜ਼ਾਦੀ ਗਵਾ ਲਈ ਹੈ। ਜਿਹੜਾ ਬੰਦਾ ਖੁਦ ਕਮਰੇ 'ਚ ਕੈਦ ਆ, ਸ਼ਾਇਦ ਉਹ ਨਿਊਜ਼ੀਲੈਂਡ 'ਚ ਵੀ ਨਹੀਂ ਨਿਕਲਦਾ, ਹੋਰ ਕਿਸੇ ਕੰਟਰੀ 'ਚ ਜਾਣਾ ਤਾਂ ਦੂਰ ਦੀ ਗੱਲ ਆ ਓਪਨਲੀ ਕਿਤੇ, ਪਰ ਤੂੰ ਉਹਦੇ ਪਿੱਛੇ ਲੱਗ ਕੇ ਉਹਦੀਆਂ ਵਿਚਾਰਾਂ ਦੀ ਤੂੰ ਵਾਰ ਵਾਰ ਸ਼ਲਾਘਾ ਕਰ ਰਿਹਾ। ਤੇਰੀ ਹੁਣ ਇੱਕ ਤਾਜ਼ਾ ਇੰਟਰਵਿਊ ਆਈ ਆ, ਤੂੰ ਨੇਕੀ ਦੀ ਹਰ ਗੱਲ ਦੀ ਸ਼ਲਾਘਾ ਉਹਨੂੰ ਡਿਫੈਂਡ ਕਰ ਰਿਹਾ, ਉਹਦੀਆਂ ਗਲਤ ਗੱਲਾਂ ਜੋ ਅੱਜ ਤੱਕ ਨੇ ਉਹਨਾਂ ਨੂੰ ਤੂੰ ਡਿਫੈਂਡ ਕਰ ਰਿਹਾ। ਅਤੇ ਹੁਣ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਨੇਕੀ ਬਾਰੇ ਸੰਗਤਾਂ ਸਭ ਜਾਣਦੀਆਂ ਨੇ, ਜਿਹਨੂੰ ਪੰਥ 'ਚੋਂ ਵੀ ਖਾਰਜ ਕੀਤਾ ਹੋਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਕਿ ਉਸ ਨੇਕੀ ਦਿਓ ਜਿਹੜੀ ਹੈ ਡਿਫੈਂਡ ਕਰ ਰਿਹਾ ਭਾਈ ਰਣਜੀਤ ਸਿੰਘ, ਜਦੋਂ ਕਿ ਉਹਨੂੰ ਕੰਡੈਮ ਕਰਨਾ ਬਣਦਾ ਜੇ ਉਹ ਪੰਥ ਦਾ ਸੇਵਾਦਾਰ ਕਹਾਉਂਦਾ ਤਾਂ। ਪਰ ਜਿਹੜਾ ਨੇਕੀ ਨੂੰ ਡਿਫੈਂਡ ਕਰ ਰਿਹਾ, ਜਿਹੜਾ ਗੁਰੂ ਘਰ ਨੂੰ, ਗੁਰੂ ਨੂੰ, ਗੁਰੂਆਂ ਨੂੰ ਕਹਿ ਰਿਹਾ ਕਿ ਗੁਰੂਆਂ ਨੇ ਗਲਤੀਆਂ ਕੀਤੀਆਂ, ਜਦੋਂ ਕਿ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਬਕਾਇਦਾ, ਅਤੇ ਭਾਈ ਰਣਜੀਤ ਸਿੰਘ ਉਹਦੇ 'ਤੇ ਪਰਦਾ ਪਾ ਰਿਹਾ, ਪੋਚਾ ਮਾਰ ਰਿਹਾ, ਇੱਥੇ ਸੰਗਤਾਂ ਨੂੰ ਵੀ ਸੋਚਣਾ ਚਾਹੀਦਾ। ਅਤੇ ਮੈਂ ਕਹਿਣਾ ਚਾਹੁੰਦਾ ਕਿ ਉਹਨੂੰ ਉਸਤਾਦ ਧਾਰ ਕੇ, ਭਾਈ ਰਣਜੀਤ ਸਿੰਘ ਤੂੰ ਕਿੰਨਾ ਨੁਕਸਾਨ, ਤੂੰ ਦੇਖ ਤੇਰੀ ਲਾਈਫ, ਤੂੰ ਕਦੇ ਚੈਲ ਵਾਲੀ ਕੋਠੀ ਬਰਫ਼ ਦੇ ਉੱਤੇ ਖੇਡਣਾ ਜਾ ਕੇ, ਉਹ ਛੋਟੇ ਛੋਟੇ ਕਤੂਰੇ ਜੇ ਲੈ ਕੇ, ਉਹ ਪੱਗ ਲੈ ਕੇ, ਫਿਰ ਬੀਚਾਂ ਦੇ ਉੱਤੇ ਘੁੰਮਣਾ, ਫਿਰ ਮੌਜ ਮਸਤੀਆਂ, ਵੱਡੇ ਵੱਡੇ ਹੋਟਲਾਂ 'ਚ ਜਾ ਕੇ ਠਹਿਰਨਾ, ਮਾਲਸ਼ਾਂ ਮੁਲਸ਼ਾਂ ਕਰਾਉਣੀਆਂ ਅਤੇ ਵਧੀਆ ਮੌਜ ਮਸਤੀ ਕਰਨੀ, ਤੂੰ ਆਪਣੀ ਆਜ਼ਾਦੀ ਸਾਰੀ ਖਰਾਬ ਕਰ ਲਈ। ਅੱਜ ਤੂੰ ਬਾਹਰ ਨਿਕਲਣਾ, ਤੈਨੂੰ 50 ਪੁਲਿਸੀਏ ਚਾਹੀਦੇ ਆ, ਸ਼ਤਰ ਛਾਇਆ ਪੁਲਿਸ ਦੀ, ਜੇ ਤੂੰ ਬਾਹਰ ਨਿਕਲ ਸਕਦਾ। ਅਸੀਂ ਸਰਸੇ ਵਾਲੇ ਨਾਲ ਲੜਾਈ ਲੜੀ, ਬਾਦਲਾਂ ਨਾਲ ਲੜਾਈ ਲੜੀ, ਆਪਣੀ ਕੌਮ ਦੇ ਵਿੱਚ ਅੱਜ ਵੀ ਬਿਨਾਂ ਸਿਕਿਉਰਿਟੀ ਤੋਂ ਨਿੱਜੀ ਹਥਿਆਰਾਂ ਦੇ ਨਾਲ, ਅਸੀਂ ਰਵਾਇਤੀ ਸ਼ਸਤਰਾਂ ਦੇ ਨਾਲ ਜਾਂ ਆਪਣੇ ਲਾਇਸੈਂਸੀ ਹਥਿਆਰਾਂ ਨਾਲ, ਸਿੰਘਾਂ ਦੇ ਨਾਲ ਅਸੀਂ ਸੰਗਤ ਵਿੱਚ ਜਾਂਦੇ ਹਾਂ। ਸਾਨੂੰ ਸਾਡੇ ਪੰਥ ਦੇ ਅਸੀਂ ਸੇਵਾਦਾਰ ਹਾਂ, ਤੂੰ ਕਿਹੜੀ ਕੌਮ ਦੀ ਸੇਵਾ ਕਰ ਰਿਹਾ? ਜਿਹੜੀ ਕੌਮ 'ਚ ਜਾਣ ਲਈ ਤੈਨੂੰ ਸਿਕਿਉਰਿਟੀ ਚਾਹੀਦੀ, ਜਿਹੜੇ ਪੰਥ 'ਚ ਜਾਣ ਲਈ ਤੈਨੂੰ ਸਿਕਿਉਰਿਟੀ ਚਾਹੀਦੀ ਹੈ, ਤੇਰੀ ਸਟੇਜ ਦੇ ਆਲੇ ਦੁਆਲੇ ਪੁਲਿਸ ਦਾ ਪਹਿਰਾ ਚਾਹੀਦਾ, ਅਤੇ ਫਿਰ ਤੂੰ ਗੱਲ ਕਰਦਾ। ਅੱਜ ਤੂੰ ਆਪਣੀ ਆਜ਼ਾਦੀ ਵੀ ਖਰਾਬ ਕਰ ਲਈ ਆ ਨੇਕੀ ਵਰਗੇ ਬੰਦਿਆਂ ਦੇ ਪਿੱਛੇ ਲੱਗ ਕੇ, ਤੂੰ ਆਪਣੀ ਜਿਹੜਾ ਆਜ਼ਾਦ ਜੀਵਨ ਸੀ ਤੇਰਾ ਉਹ ਵੀ ਤੂੰ ਖਰਾਬ ਕਰ ਲਿਆ। ਅਜੇ ਵੀ ਸਮਾਂ ਕਹਿੰਦੇ ਹੁੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ, ਉਹਨੂੰ ਭੁੱਲਿਆ ਨਹੀਂ ਕਹਿੰਦੇ, ਝੋਲੀ 'ਚੋਂ ਡੁੱਲਿਆ ਬੇਰਾਂ ਦਾ ਕਹਿੰਦੇ, ਕੁਝ ਨਹੀਂ ਵਿਗੜਿਆ ਝਾੜ ਕੇ ਮੁੜ ਝੋਲੀ 'ਚ ਪਾ ਲਾ, ਕੰਮ ਆਉਣਗੇ। ਇਸੇ ਤਰ੍ਹਾਂ ਮੈਂ ਤੈਨੂੰ ਪਹਿਲਾਂ ਵੀ ਅਪੀਲ ਕੀਤੀ ਸੀ, ਹੁਣ ਵੀ ਕਰਦਾ ਕਿ ਤੂੰ ਆਪਣੀ ਆਜ਼ਾਦੀ ਵੀ ਖਰਾਬ ਕਰ ਲਈ, ਪੰਥ ਨਾਲ, ਕੌਮ ਨਾਲ, ਮੱਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਲਾ ਕੇ ਅੱਜ ਤੱਕ ਕੋਈ ਵੀ ਬਚਿਆ ਨਹੀਂ ਹੈ। ਤੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾ, ਤੂੰ ਪੰਥ ਦੇ ਨਾਲ ਮੱਥਾ ਨਾ ਲਾ, ਗੁਰੂ ਗ੍ਰੰਥ ਪੰਥ ਇੱਕ ਪਾਸੇ ਆ ਸਾਰਾ, ਅਤੇ ਇਸ ਕਰਕੇ ਤੈਨੂੰ ਸਲਾਹ ਆ ਕਿ ਤੂੰ ਅੱਜ ਵੀ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ ਕੇ ਆਪਣੀਆਂ ਜਿਹੜੀਆਂ ਗੱਲਾਂ ਉਹਨਾਂ ਦਾ ਅਹਿਸਾਸ ਕਰ, ਭੁੱਲਾਂ ਦਾ ਅਹਿਸਾਸ ਕਰ, ਚੱਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ। ਜੇ ਤੂੰ ਚੈਲੰਜ ਸਮਝਦਾ, ਚੈਲੰਜ ਮੰਨ ਲਾ ਕਿ ਅਸੀਂ ਪੰਥ ਦੇ ਸੇਵਾਦਾਰ, ਪੰਥ ਦੀ ਸੇਵਾ ਲਈ ਦਿਨ ਰਾਤ ਕਰਨ ਵਾਲੇ, ਸਾਨੂੰ ਕੋਈ ਅਹੁਦਿਆਂ ਦੀ ਭੁੱਖ ਨਹੀਂ ਹੈ, ਕਿਸੇ ਅਹੁਦਿਆਂ ਦਾ ਲਾਲਚ ਨਹੀਂ ਹੈ, ਚੱਲ ਸਾਡੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ। ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰੀ ਤੋਂ ਅਸਤੀਫਾ ਦਿਆਂਗਾ, ਅਤੇ ਤੂੰ ਆਹ ਜਿਹੜੀਆਂ ਸਾਰੀਆਂ ਗੱਲਾਂ ਛੱਡ ਕੇ
ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਜਾ, ਪ੍ਰਚਾਰ ਕਰ, ਦੀਵਾਨ ਲਾ, ਅੰਮ੍ਰਿਤ ਸੰਚਾਰ ਕਰ ਦੁਨੀਆ ਭਰ ਦੇ ਅੰਦਰ, ਤੇ ਫਿਰ ਪਹਿਲਾਂ ਦੀ ਤਰ੍ਹਾਂ ਜਿਵੇਂ ਏਅਰਪੋਰਟ ਪਹਿਲਾਂ ਜਾਮ ਹੁੰਦੇ ਸੀ, ਇਸੇ ਤਰ੍ਹਾਂ ਏਅਰਪੋਰਟ ਜਾਮ ਕਰ, ਸਾਨੂੰ ਬੜੀ ਖੁਸ਼ੀ ਹੋਊਗੀ। ਤੂੰ ਧਰਮ ਦਾ ਪ੍ਰਚਾਰ ਪ੍ਰਸਾਰ ਕਰੇਗਾ, ਸਮਾਗਮ ਹੋਣਗੇ, ਦਿਨ ਰਾਤ ਤੂੰ ਪੰਥ ਦੀ ਸੇਵਾ ਕਰ, ਪਰ ਇਸ ਤਰੀਕੇ ਦੇ ਨਾਲ ਤੂੰ ਜਿਹੜਾ ਹੁਣ ਆਪਣੀ ਆਜ਼ਾਦੀ ਵੀ ਖਰਾਬ ਕਰ ਲਈ, ਤੈਨੂੰ ਖੁਦ ਸੋਚਣਾ ਚਾਹੀਦਾ। ਜ਼ਰੂਰੀ ਨਹੀਂ ਕਿ ਜਿਸ ਲਾਈਨ 'ਤੇ ਤੂੰ ਚੱਲ ਪਿਆ ਅਤੇ ਹੁਣ ਤੈਨੂੰ ਪਿਛਾਂਹ ਮੁੜਨਾ ਜਿਹੜਾ ਹੈਗਾ ਉਹ ਔਖਾ ਲੱਗਦਾ, ਨਹੀਂ ਤੂੰ ਪਿਛਾਂਹ ਮੁੜ ਸਕਦਾ। ਗੁਰੂ ਗ੍ਰੰਥ ਪੰਥ ਦੀ ਸ਼ਰਨ, ਗੁਰੂ ਦੀ ਸ਼ਰਨ, ਅਤੇ ਸਤਿਗੁਰੂ ਵੀ ਕਹਿੰਦੇ ਜੋ ਸ਼ਰਨ ਆਵੇ ਅਤੇ ਉਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਗੁਰੂ ਗ੍ਰੰਥ ਪੰਥ ਦੀ ਜਿਹੜਾ ਸ਼ਰਨ ਆਉਂਦਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਕੰਠ ਨਾਲ ਲਾਉਂਦੇ ਆ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ, ਅਤੇ ਆਹ ਜਿਹੜੀਆਂ ਗੱਲਾਂ ਨੇ ਐਵੇਂ ਮਿਹਣੇ ਸਿੱਠਣੀਆਂ ਵਾਲੀਆਂ ਗੱਲਾਂ, ਇਹਨਾਂ ਨੂੰ ਛੱਡ ਕੇ ਅਤੇ ਐਵੇਂ ਨੇਕੀ ਵਰਗੇ ਬੰਦੇ ਜਿਹੜੇ ਆ ਉਹਨਾਂ ਦੇ ਪਿੱਛੇ, ਜਿਹੜੇ ਸਾਰਾ ਦਿਨ ਗਾਂਧੀ ਬੋਲਦੇ ਰਹਿੰਦੇ ਆ, ਉਹਦੀ ਬੋਲਬਾਣੀ ਤੁਸੀਂ ਹੁਣ ਦੇਖ ਲਓ, ਸਾਰਾ ਦਿਨ ਹੀ ਉਹ ਕੀ ਕਰਦਾ ਰਹਿੰਦਾ। ਚਲੋ ਹੋਇਆ ਕਿਤੇ ਕੋਈ ਗੱਲ ਕਿਸੇ ਨਾਲ ਹੋਈ, ਪਰ ਉਹ 24 ਘੰਟੇ ਹੀ ਉਹ ਜਿਹੜੇ ਪਹਿਲਾਂ ਜਿਨ੍ਹਾਂ ਦਾ ਉਹ ਪਹਿਲਾਂ ਨਹੀਂ ਬਣਿਆ, ਪਹਿਲਾਂ ਉਹ ਪੰਥ ਪ੍ਰੀਤ ਧੂੰਦਾ ਮਾਝੀ ਉਹਨਾਂ ਦੇ ਗੁਣ ਗਾਉਂਦਾ ਹੁੰਦਾ ਸੀ, ਅੱਜ ਉਹਨਾਂ ਨੂੰ 100-100 ਮਣ ਦੀਆਂ ਗਾਲਾਂ ਕੱਢਦਾ ਵਾ, ਅਤੇ ਅੱਜ ਤੇਰੀ ਤਾਰੀਫ ਕਰਦਾ, ਕੱਲ੍ਹ ਨੂੰ ਉਹਨੇ ਤੈਨੂੰ ਵੀ ਗਾਲਾਂ ਕੱਢਣੀਆਂ ਨੇ। ਇਸ ਕਰਕੇ ਉਹਦੇ ਪਿੱਛੇ ਲੱਗ ਕੇ ਤੂੰ ਆਪਣਾ ਜਿਹੜਾ ਹੈ ਗੁਰੂ ਗ੍ਰੰਥ ਪੰਥ ਨਾਲ ਦੁਸ਼ਮਣੀ ਨਾ ਪਾ, ਅਕਾਲ ਤਖ਼ਤ ਸਾਹਿਬ ਨਾਲ ਮੱਥਾ ਨਾ ਲਾ, ਤੂੰ ਜਿਹੜੇ ਪੰਥ ਨੂੰ ਸਮਰਪਿਤ ਹੋ ਕੇ ਜਿਹੜਾ ਹੈਗਾ ਜਿਹੜੀਆਂ ਗੱਲਾਂ ਹੋ ਗਈਆਂ ਉਹਦੇ ਤੋਂ ਪਿਛਾਂ ਹਟ ਕੇ ਅਤੇ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ, ਅਤੇ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਚੱਲੀਏ, ਪੰਥ ਦੇ ਵਾਸਤੇ ਹਰ ਕੁਰਬਾਨੀ ਵਾਸਤੇ ਤਿਆਰ ਹਾਂ। ਭੁੱਲਾਂ ਚੁੱਕਾਂ ਦੀ ਸੰਗਤਾਂ ਦੇ ਕੋਲੋਂ ਖਿਮਾ, ਮੇਰੀ ਗੱਲ ਦਾ ਜਵਾਬ ਭਾਈ ਰਣਜੀਤ ਸਿੰਘ ਜ਼ਰੂਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਿੰਨੀਆਂ ਗੱਲਾਂ ਤੂੰ ਜੋ ਕਰਨੀਆਂ ਬਰਗਾੜੀ ਬਾਰੇ, ਬਿਆਸਾ ਬਾਰੇ, ਕਿਸੇ ਹੋਰ ਗੱਲ ਬਾਰੇ, ਮੇਰੇ ਨਾਲ ਤੂੰ ਜਦੋਂ ਮਰਜ਼ੀ ਕਰ ਲਈ, ਭਾਵੇਂ ਲਾਈਵ TV 'ਤੇ ਬਹਿ ਕੇ ਕਰ ਲਈ, ਭਾਵੇਂ ਅੰਦਰ ਬੈਠ ਕੇ ਕਰ ਲਈ, ਤੈਨੂੰ ਹਰ ਗੱਲ ਦਾ ਜਵਾਬ ਦੇਵਾਂਗੇ। ਚੱਲ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਚੱਲੀਏ, ਸੰਗਤਾਂ ਕੋਲੋਂ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।